ਹਾਂਜੀ, ਜ਼ਿਲ੍ਹਾ ਬਰਨਾਲਾ ਅਤੇ ਡੀਸੀ ਮੈਮ ਦੇ ਉੱਦਮ ਸਦਕੇ ਅਤੇ ਸਾਡੀ ਸਾਰੀ ਟੀਮ ਦੇ SDM ਸਾਹਿਬ, ਮੈਡਮ ਮੇਘਾ ਮਾਨ ਜਿਹੜੇ ਸਾਡੇ DPRO ਨੇ, ਸ਼ਾਂਤੀ ਮੈਮ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ, ਮਿਸਟਰ ਸੰਜੇ ਸਿੰਗਲਾ ਜੋ ਡਿਸਟ੍ਰਿਕਟ ਲੈਵਲ ਮਾਸਟਰ ਟ੍ਰੇਨਰ ਨੇ, ਇਹਨਾਂ ਦੇ ਉੱਦਮ ਸਦਕੇ ਅੱਜ ਸੈਕਰਡ ਹਾਰਟ ਸਕੂਲ ਵਿੱਚ ਸਵੀਪ ਐਕਟੀਵਿਟੀ ਸਿਸਟਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ ਦੇ ਤਹਿਤ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਅਤੇ ਜਾਗਰੂਕਤਾ ਕਰਨ ਲਈ ਅਸੀਂ ਇੱਕ ਨਵੇਕਲਾ ਜਿਹੜਾ ਹੈਗਾ ਉਪਰਾਲਾ ਕੀਤਾ। ਪੈਰਾਗਲਾਈਡਿੰਗ ਜਿਹੜੇ ਹੈਗੇ ਧਨੌਲੇ ਵਿੱਚ ਬੇਸਡ ਹੈ ਟੀਮ, ਉਹਨਾਂ ਨੇ ਇੱਕ ਸਵੀਪ ਦਾ ਵੱਡਾ ਬੈਨਰ ਲੈ ਕੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਪ੍ਰਚਾਰ ਕੀਤਾ ਤਾਂ ਜੋ ਲੋਕ ਪ੍ਰੇਰਿਤ ਹੋਣ ਕਿ ਆ ਕੇ ਆਪਣੀਆਂ ਵੋਟਾਂ ਦਾ ਅਧਿਕਾਰ ਵਰਤਣ, ਅਤੇ ਬੱਚੇ ਜਿੰਨੇ ਵੀ ਇੱਥੇ ਸਕੂਲ ਵਿੱਚ ਆਪਣੇ ਪੇਰੈਂਟਸ ਨੂੰ ਜਾ ਕੇ ਦੱਸ ਸਕਣ ਕਿ ਤੁਹਾਡਾ ਵੋਟ ਦਾ ਅਧਿਕਾਰ ਬਹੁਤ ਹੀ ਪ੍ਰੈਸ਼ਸ ਹੈ ਅਤੇ ਤੁਸੀਂ ਜ਼ਰੂਰ ਜਾ ਕੇ 1 ਜੂਨ ਨੂੰ ਵੋਟ ਕਰੋ ਤਾਂ ਜੋ ਤੁਸੀਂ ਆਪਣੇ ਪਸੰਦ ਦੇ ਕੈਂਡੀਡੇਟ ਨੂੰ ਵੋਟ ਕਰ ਸਕੋ ਔਰ ਆਪਣੀ ਮਨਪਸੰਦਤਾ ਸਰਕਾਰ ਨੂੰ ਤੁਸੀਂ ਇਲੈਕਟ ਕਰ ਸਕੋ। ਹਾਂਜੀ, ਆਮ ਪਬਲਿਕ ਕੀ ਕਹਿਣਾ ਚਾਹੁੰਦੀ? ਆਮ ਪਬਲਿਕ ਨੂੰ ਮੇਰੀ ਇਹੀ ਬੇਨਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹੈ ਅਤੇ ਐਟ ਦ ਮੋਮੈਂਟ ਜਿਹੜਾ ਹੈਗਾ ਚੋਣਾਂ ਦੀ ਤਿਆਰੀ ਦਾ ਕੰਮ ਪੂਰਾ ਜਿਹੜਾ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈਗਾ। ਤੋ ਇਹ ਸਾਰਾ ਜਿੰਨਾ ਵੀ ਬਹੁਤ ਲੋਕ ਇਹਦੇ 'ਚ ਜੁੜੇ ਹੋਏ ਹੈ, ਹਜ਼ਾਰਾਂ ਦੇ ਵਿੱਚ ਤਿਆਰੀਆਂ ਲੋਕ ਨੇ ਜਿਹੜੇ ਤਿਆਰੀ ਕਰ ਰਹੇ ਨੇ, ਉਹ ਇਸੇ ਲਈ ਕਰ ਰਹੇ ਨੇ ਕਿ ਇਕੱਲਾ ਇਕੱਲਾ ਨਾਗਰਿਕ ਆਪਣੇ ਜਿਹੜਾ ਵੀ ਕੋਈ 18 ਈਅਰਸ ਐਂਡ ਅਬਵ ਹੈ ਆਪਣੇ ਵੋਟ ਦੇ ਅਧਿਕਾਰ ਨੂੰ ਯੂਜ਼ ਕਰੇ। ਅਤੇ ਮੇਰੀ ਬੇਨਤੀ ਇਹੀ ਆਮ ਪਬਲਿਕ ਨੂੰ, ਬਰਨਾਲੇ ਦੇ ਇਕੱਲੇ ਇਕੱਲੇ ਬਾਸ਼ਿੰਦੇ ਨੂੰ, ਚਾਹੇ ਉਹ ਸਿਟੀਜ਼ ਦੇ ਵਿੱਚ ਹੈ ਚਾਹੇ ਪਿੰਡਾਂ ਦੇ ਵਿੱਚ ਵਿਚਰਦੇ ਨੇ, ਕਿ 1 ਜੂਨ ਨੂੰ ਆ ਕੇ ਆਪਣੇ ਵੋਟਾਂ ਦਾ ਅਧਿਕਾਰ ਜਿਹੜਾ ਜ਼ਰੂਰ ਯੂਜ਼ ਕਰੋ। ਇਸ ਵਾਰੀ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਧੀਨ ਅਸੀਂ ਹੀਟ ਵੇਵ ਮੈਨੇਜਮੈਂਟ ਦੇ ਵੀ ਬਹੁਤ ਸਾਰੇ ਪ੍ਰਬੰਧ ਕੀਤੇ ਹਨ, ਜਿਸ ਦੇ ਵਿੱਚ ਇਕੱਲੇ ਇਕੱਲੇ ਬੂਥ 'ਤੇ ਕੂਲਰ ਲੱਗਣਗੇ, ਪਾਣੀ ਦਾ ਅਤੇ ਮਿੱਠੇ ਜਲ ਦੀ ਛਬੀਲ ਵੀ ਲੱਗੇਗੀ, ਕਿਊ ਮੈਨੇਜਮੈਂਟ ਹੋਏਗੀ, ਜਿਹੜੇ ਵੀਲਚੇਅਰਸ ਹੋਣਗੀਆਂ ਫਿਜ਼ੀਕਲੀ ਚੈਲੇਂਜ ਵੋਟਰਸ ਲਈ, ਓਲਡ ਵੋਟਰਸ ਲਈ ਬੈਠਣ ਦੀ ਜਗ੍ਹਾ ਹੋਏਗੀ। ਤੋ ਇਹਨਾਂ ਸਾਰਿਆਂ ਦੀ ਅਸੀਂ ਅਰੇਂਜਮੈਂਟਸ ਕੀਤੀਆਂ। ਅਤੇ ਇੱਕ ਵਾਰੀ ਫਿਰ ਤੁਹਾਡੇ ਰਾਹੀਂ ਮੈਂ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਬਰਨਾਲੇ ਦੇ ਸਾਰੇ ਸਿਟੀਜ਼ਨ 18 ਤੋਂ ਬਾਅਦ ਆਪਣੇ ਵੋਟ ਦਾ ਅਧਿਕਾਰ ਵਰਤਣ, ਔਰ ਸਭ ਤੋਂ ਜ਼ਿਆਦਾ ਮੇਰੀ ਬੇਨਤੀ ਹੈਗੀ ਆ ਜਿਹੜੇ ਨਵੇਂ ਵੋਟਰ ਨੇ, ਫਸਟ ਟਾਈਮ ਵੋਟਰ 18 ਈਅਰਸ ਜਿਹੜੇ ਹੁਣ ਉਹਨਾਂ ਨੇ ਏਜ ਜਿਹੜੀ ਹੁਣ ਹੋਈ ਹੈ, ਕਿ ਉਹ ਜ਼ਰੂਰ ਆ ਕੇ ਵੋਟ ਕਰਨ। ਅਤੇ ਬਹੁਤ ਬਹੁਤ ਧੰਨਵਾਦ।